हलका मलोड़ तो विधायक अते कैबिनेट मंत्री डॉक्टर बलजीत कौर नूं हलका मलोड़ दे लोकां वल्लों भारी फतवा देण अते अज कैबिनेट मंत्री ने हलका मलोड़ दे पिंड फक्करसर किंगरां जंडवाला विरक खेड़ा आदि पिंडां विच धन्नवादी दौरा करके वोटरां वल्लों भारी फतवे का धन्नवाद किया अते लोकां दीआं मुश्किलां सुणीआं हन। उन्होंने उन्हां दा हल करन दा भरोसा दिता है। उन्हां दा कहना है कि ज़्यादातर पिंडां विच देखिआ गिआ है कि पिंडां दीआं पंचायतां लोकां नूं सहयोग नहीं दिंदीआं। पार्टी वर्करां विच आपसी निराशता नूं लैके पुछे गए सवाल ते उन्हां दा कहना है कि माड़ी मोटी किसी ना किसी वल्लों हरेक पार्टी च अजिहा रहिंदा है। अज पंजाब दे मुख्यमंत्री वल्लों मत्तेवाड़ा विच लगण वाले प्रोजैक्ट नूं रद्द करन दे ऐलान ते उन्हां दा कहना है कि मुख्यमंत्री जो फैसले लै रहे हन वह वधिया लै रहे हन। देखो जी धनवादी दौरा संगत दर्शन दोनों ही लै सकते हैं क्योंकि असी लेट हो गए सी ते पूरे पंजाब की जिम्मेवारी होण करके इधर थोड़ा घट टाइम मिल रहा सी सो नाल नाल असी लोकां दी समस्यावां भी सुन रहे हैं ते धनवाद भी नाल ही करन आए। पर पंजाब सरकार जिहड़ा मत्तेवाड़े दे विच टैक्स वाले पार्क लग रहा सी अज मत्तमान जी रद्द कर दित्ता उसनूं किस तरह देखदे हो? मैनूं लगदा कि जिहड़े आपां इत्थे आए हैं जिहड़े मकसद लई पहलां उह गल कर लईए है ना क्योंकि आपां लोकां दीआं समस्यावां सुणन आए हैं। बाकी भगवंत मान जी फैसले बहुत सोच समझ के लेंदे आ ते मैनूं लगदा है कि लोकां दे हक विच ही लैण। पर अज जिहड़े चलो अज दे मुद्दे दी गल कर लैंदे आ अज दीआं किस तरहां दीआं मुश्किलां जिहड़ियां हैगियां लोकां दीआं जिहड़ियां हड़के दे रुकण जां खिच्चे जिहड़ियां सब तों वध समस्यावां लोकां नूं आ रहीआं मनरेगा दे काम नाल रिलेटिड समस्यावां ने जां पिंडां दीआं गलीआं नालीआं हाले तक उवें ही खड़ियां ने ते कुछ जिहड़ियां समस्यावां आ रहीआं कि पिंड दी पंचायत वल्लों जिहड़ी कोऑपरेशन नहीं हो रही लोकां नाल उहदे करके काम रुके होए ने। असीं कोशिश इह कर रहे हां कि कोआर्डीनेशन करके लोकां दी आपस च ਉਹ ਕੰਮ ਸ਼ੁਰੂ ਕਰਾਈਏ। ਮੈਂ ਪਿੰਡ ਦੇ ਜਿਹੜੇ ਪੁਰਾਣੇ ਵਰਕਰ ਸੀ ਉਹਨਾਂ ਦੀ ਥੋੜ੍ਹੀ ਸੰਤੁਸ਼ਟੀ ਸੀ ਜਿਤਾਈ ਜਾ ਰਹੀ ਹੈ ਪਾਰਟੀ ਵਰਕਰ ਨਾਲ ਵੀ ਸਾਡੀ ਕੋਈ ਨਹੀਂ ਸੁਣਵਾਈ ਜਾਂ ਜਿਵੇਂ ਕੰਮ ਨਹੀਂ ਹੋ ਰਹੇ ਤੁਸੀਂ ਹੁਣ ਪਿੰਡਾਂ 'ਚ ਜਾ ਰਹੇ ਹੋ ਕਿਹੋ ਜਿਹਾ ਤੁਹਾਨੂੰ ਮਨ ਨਹੀਂ ਕੋਈ ਐਡੀ ਜ਼ਿਆਦਾ ਗੱਲ ਨਹੀਂ ਹੈ ਥੋੜ੍ਹੀ ਬਹੁਤ ਨਾਰਾਜ਼ਗੀ ਵੈਸੇ ਹੀ ਚੱਲਦੀ ਰਹਿੰਦੀ ਹੁੰਦੀ ਹੈ ਜਾਂ ਕਈ ਵਾਰੀ ਵਿਧਾਇਕ ਤੋਂ ਨਹੀਂ ਆਇਆ ਜਾਂਦਾ ਤਾਂ ਉਹਦੇ ਕਰਕੇ ਇਹ ਤਾਂ ਆਮ ਜਿਹੀਆਂ ਜਿਵੇਂ ਆਪਾਂ ਘਰਾਂ 'ਚ ਥੋੜ੍ਹੀ ਬਹੁਤੀ ਗਲਤ ਕਰਕੇ ਨਾਰਾਜ਼ਗੀ ਹੋ ਜਾਂਦੀ ਹੈ ਸਾਡੇ ਵਰਕਰ ਹਮੇਸ਼ਾ ਸਾਡੇ ਮਲੋੜ ਦੇ ਵਿੱਚ ਅਵਾਰਾ ਪਸ਼ੂਆਂ ਦੀ ਭਰਮਾ ਰਹੀ ਹੈ ਇੱਕ ਬਜ਼ੁਰਗ ਜੀ ਦੀ ਜਿਹੜੀ ਮੌਤ ਵੀ ਹੋ ਚੁੱਕੀ ਹੈ ਕੀ ਇੰਤਜ਼ਾਮ ਕੀ ਕੀਤਾ ਹੈਗਾ ਜਿਹੜੇ ਕਿ ਬਿਲਕੁਲ ਜੀ ਮੈਂ ਨਗਰ ਕੌਂਸਲ ਨਾਲ ਮੀਟਿੰਗ ਵੀ ਕੀਤੀ ਸੀ ਇਸ ਬਾਰੇ ਕਿ ਅਸੀਂ ਅਵਾਰਾ ਪਸ਼ੂਆਂ ਨੂੰ ਮਲੋੜ 'ਚੋਂ ਬਾਹਰ ਕਰੀਏ ਤਾਂ ਉਹਦੇ ਵਾਸਤੇ ਅਸੀਂ ਆਪਣਾ ਬਜਟ ਤਿਆਰ ਕਰ ਰਹੇ ਹਾਂ ਤੇ ਜਲਦੀ ਹੀ ਇਹਨੂੰ ਇੰਪਲੀਮੈਂਟ ਵੀ ਕਰਾਂਗੇ। ਮੈਂ ਇੱਕ ਲਾਸਟ ਸਵਾਲ ਹੈ ਜੀ ਰਾਘਵ ਚੱਡਾ ਨੂੰ ਜਿਹੜਾ ਹੈਗਾ ਅੰਤਰਿਮ ਕਮੇਟੀ ਦਾ ਜਿਹੜਾ ਕਿ ਚੇਅਰਮੈਨ ਲਾਇਆ ਗਿਆ ਵਿਰੋਧੀ ਧਿਰ ਕਹਿ ਰਹੇ ਹੈਗੇ ਰਾਘਵ ਚੱਡਾ ਦੇ ਪੰਜਾਬ ਦੇ ਵਿੱਚ ਪੈਰ ਪਸਾਰ ਨਹੀਂ ਕਰਦੇ। ਮੈਨੂੰ ਲੱਗਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਜਿੱਥੇ ਅਸੀਂ 92 MLA ਖੜ੍ਹੇ ਹਾਂ ਸਾਡੇ ਭਗਵੰਤ ਮਾਨ ਜੀ ਖੜ੍ਹੇ ਆ ਤਾਂ ਸਾਡੇ 'ਚ ਕੋਈ ਵੀ ਬਾਹਰੀ ਸ਼ਖਸ ਹੈ ਜਿਹੜਾ ਉਹ ਇੰਟਰਫੇਅਰ ਨਹੀਂ ਕਰੇਗਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ।